माशाल्लाह माशाल्लाह, जबरदस्त हो गया, बहुत जबरदस्त जी जी। असल दे विच जदों ए मामला छड़िया सी ना जी, उदों ही आजिज ने अर्ज किया सी कि ए कुछ शरीर लोग ने कि जिहड़े इस मामले नू हवा दे रहे ने, और दो मज़ाहब दे दरमियान लड़ाई करवाना चाह रहे ने, यानी थर्ड पार्टी है कोई जी जी। ते सोशल मीडिया या टिकटॉक इहदे च बस इंजी है कि असल बंदे दा पता नहीं चलदा कि शरारत कीती किन्ने में ते तीली लाई किन्ने में, ते वो असल जिहड़ा करैक्टर हुंदा है वो विचों गायब हो जांदा है, ते वो अपना मिशन जदों उहनूं समझदा कि मैं कामयाब हो गया वां ते वो असल बंदा विचों गायब हो जांदा है। ਇਹ ਜਿਹੜਾ ਸਿੱਖ ਮੁਸਲਿਮ ਦਾ ਜਿਹੜਾ ਫਸਾਦਾਤ ਸ਼ੁਰੂ ਹੋਏ ਸਨ, ਇਹਦੇ ਨਾਲ ਵੀ ਕੋਈ ਇੰਝ ਦਾ ਹੀ ਮਸਲਾ ਹੋਇਆ ਸੀ ਕਿ ਇਸ ਮਾਮਲੇ ਨੂੰ ਸ਼ੁਰੂ ਕਰਨ ਵਾਲਾ ਕੋਈ ਥਰਡ ਪਾਰਟੀ ਸੀ, ਲੇਕਿਨ ਇਹ ਜਦੋਂ ਮਾਮਲਾ ਆਪਣੇ ਅਰੂਜ 'ਤੇ ਆ ਗਿਆ ਅਤੇ ਉਹ ਪਰਦਾ ਸਕਰੀਨ ਤੋਂ ਗਾਇਬ ਹੋ ਗਿਆ। ਅਤੇ ਬਹਰਹਾਲ ਮੈਨੂੰ ਸੁਣ ਕੇ ਬੜੀ ਖੁਸ਼ੀ ਹੋਈ ਹੈ ਅਤੇ ਬੜੀ ਅੱਛੀ ਬਾਤ ਹੈ। ਦੇਖੋ ਦੋ ਧਰਮ ਨੇ ਔਰ ਹਰ ਇੱਕ ਦੇ ਮਾਮਲੇ ਅਲੱਗ ਅਲੱਗ ਨੇ, ਅਤੇ ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ। ਦੁਨੀਆ ਦੇ ਵਿੱਚ ਬਹੁਤ ਸੇ ਮਜ਼ਾਹਬ ਨੇ, ਅਧਿਆਨ ਨੇ, ਅਤੇ ਉਹ ਬਖੁਸ਼ੀ ਜ਼ਿੰਦਗੀ ਗੁਜ਼ਾਰ ਰਹੇ ਨੇ ਆਪਣੇ ਆਪਣੇ ਤਾਈਂ, ਅਤੇ ਕੋਈ ਵੀ ਇਹ ਇਖਤਿਆਰ ਨਹੀਂ ਰੱਖਦਾ ਕਿ ਕਿਸੇ ਵੀ ਧਰਮ ਦੇ ਪੇਸ਼ਵਾ ਨੂੰ ਜਾਂ ਉਹਦੀ ਮਜ਼ਹਬੀ ਕਿਤਾਬ ਨੂੰ ਟਾਰਗੇਟ ਕਰੇ। ਹਾਂ, ਅਗਰ ਇਖਤਲਾਫ ਹੋਵੇ ਤਾਂ ਇਖਤਲਾਫ ਦਾ ਇੱਕ ਤਰੀਕਾਕਾਰ ਹੁੰਦਾ ਹੈ, ਉਹ ਇੱਕ ਬੜੇ ਆਸਨ ਤਰੀਕੇ ਨਾਲ ਤੁਸੀਂ ਇਹ ਕੋਈ ਇਤਰਾਜ਼ ਹੈ ਤਾਂ ਰੱਖ ਸਕਦੇ ਹੋ ਬਈ ਕਿ ਇਹ ਤਰੀਕੇ ਮੈਨੂੰ ਇਤਰਾਜ਼ ਹੈ ਜੀ ਤੁਹਾਡੇ ਧਰਮ ਦੇ ਪੇਸ਼ਵਾ ਦੇ ਉੱਤੇ ਜਾਂ ਤੁਹਾਡੇ ਧਰਮ ਦੀ ਆ ਜਿਹੜੀ ਕਿਤਾਬ ਇਹਦੇ ਵਿੱਚੋਂ ਫਲਾਂ ਚੀਜ਼ ਦੇ ਉੱਤੇ ਮੈਨੂੰ ਇਤਰਾਜ਼। ਨਹੀਂ ਭਾਜੀ ਸੋਰੀ, ਪਰ ਕੋਈ ਏਦਾਂ ਨਹੀਂ ਕਹਿ ਸਕਦਾ ਹਨਾ ਵੀ ਜਿੱਦਾਂ ਭਾਵੇਂ ਮੈਂ ਸਿੱਖਿਆ ਮੈਂ ਭਾਜੀ ਮੁਬਸ਼ਰ ਭਾਜੀ, ਅਗਰ ਉਹ ਮੇਰੇ ਮਜ਼ਹਬ ਤੋਂ ਤਲੁਕ ਨਹੀਂ ਰੱਖਦਾ ਤੇ ਉਹਨੂੰ ਐਡੀ ਜ਼ਰੂਰਤ ਵੀ ਕਿਹੜੀ ਪਈ ਹੈ ਪੰਗੇ ਲੈਣ ਦੀ ਯਾਰ। ਨਹੀਂ ਨਹੀਂ, ਮੇਨ ਗੱਲ ਵੀ ਕੋਈ ਸਾਨੂੰ ਇਹ ਨਹੀਂ ਕਹਿ ਸਕਦਾ ਵੀ ਯਾਰ ਮੈਨੂੰ ਤੁਹਾਡੇ ਜਿਹੜੀ ਕੁਰਾਨ ਦੇ ਵਿੱਚ ਆਹ ਚੀਜ਼ ਲਿਖੀ ਮੈਨੂੰ ਇਹਦੇ ਤੋਂ ਪ੍ਰੋਬਲਮ ਹੈ। ਕਾਹਤੇ ਯਾਰ, ਨਾ ਤਾਂ ਕਿਸੇ ਦੇ ਕਹਿਣ ਨਾਲ ਉਹ ਚੀਜ਼ ਉੱਥੋਂ ਹਟਣ ਲੱਗੀ ਆ, ਠੀਕ ਆ, ਅਤੇ ਨਾ ਹੀ ਕਿਸੇ ਦੀ ਔਕਾਤ ਹੈਗੀ ਆ ਵੀ ਅਸੀਂ ਉਸ ਚੀਜ਼ ਨੂੰ ਸੱਚ ਕਰਨ ਵਾਸਤੇ ਉਹਨੂੰ ਐਗਜ਼ਾਮਪਲਾਂ ਦੇਈਏ, ਹੈ ਨਾ, ਠੀਕ ਨਹੀਂ, ਜਾਂ ਅਸੀਂ ਕੁਛ ਵੀ ਕਰੀਏ, ਕਿਸੇ ਦੀ ਇੰਨੀ ਔਕਾਤ ਹੈ ਨਹੀਂ ਵੀ ਹਾਂ। ਮੈਂ ਨਾ ਜੀ ਭਾਜੀ ਅਰਜ਼ ਕਰ ਰਿਹਾ ਵਾਂ, ਕਿਉਂਕਿ ਅਸੀਂ ਦਿਨ ਭਰ ਬੈਠ ਕੇ ਮਜ਼ਾਹਬ ਦੇ ਨਾਲ ਹੀ ਮੁਕਾਲਮਾਤ ਕਰਨੇ ਹਾਂ। ਮੈਂ ਚੂੰਕਿ ਇੱਕ ਸਮਝ ਲਓ ਕਿ ਵਰਲਡ ਵਾਈਡ ਡਿਬੇਟਰ ਹਾਂ ਜੀ, ਅਤੇ ਮੈਂ ਉਸ ਤਨਾਜ਼ੁਰ ਦੇ ਵਿੱਚ ਗੱਲ ਕਰ ਰਿਹਾ ਵਾਂ। ਦੇਖੋ ਮਜ਼ਾਹਬ ਦੇ ਵਿੱਚ ਗੁਫ਼ਤਗੂ ਅਤੇ ਇੱਕ ਅਰਸੇ ਦੀ ਜਾਰੀ ਹੈ ਨਾ, ਉਹਨੂੰ ਤਾਂ ਖਤਮ ਨਹੀਂ ਕੀਤਾ ਜਾ ਸਕਦਾ, ਲੇਕਿਨ ਉਹ ਗੁਫ਼ਤਗੂ ਦਾ ਇੱਕ ਫਿਰ ਤਰੀਕਾ ਹੈ। ਲੇਕਿਨ ਇਹ ਜਿਹੜਾ ਜਿਹੜੇ ਪਿਛਲੇ ਦਿਨਾਂ ਸਿੱਖ ਮੁਸਲਿਮ ਮਾਮਲਾਤ ਸ਼ੁਰੂ ਹੋਏ ਸਨ, ਇਹ ਕੋਈ ਤਰੀਕਾ ਨਹੀਂ, ਇਹਨੂੰ ਇਖਤਲਾਫ ਨਹੀਂ ਕਹਿੰਦੇ। ਇਹ ਤਾਂ ਭਾਜੀ ਬਿਲਕੁਲ ਗਲਤ ਸੀ ਨਾ, ਇਹਨੂੰ ਤੇ ਇੱਕ ਸਰਾਸਰ ਸਮੇਂ ਜੀ ਤਾਂ ਕੋਈ ਭਾਜੀ ਪਿਆਰ ਕਰਦਾ, ਇਹ ਗਲਤ ਹੈ ਬਿਲਕੁਲ। ਇਹ ਤਾਂ ਪਹਿਲੇ ਦਿਨ, ਹੁਣ ਜੇ ਕੋਈ ਪਿਆਰ ਕਰਦਾ ਜਿੱਦਾਂ ਮੈਂ ਆ, ਮੈਂ ਅੱਗੇ ਭਾਜੀ ਇਹਨਾਂ ਦੱਸਦਾ ਪਿਆ ਸੀ ਨਾ ਤੁਹਾਡੇ ਆਉਣ ਤੋਂ ਪਹਿਲਾਂ, ਮੈਂ ਜਿੱਦਾਂ ਕਲਮਾ ਵੀ ਸੁਣਾਇਆ ਪੜ੍ਹ ਕੇ, ਮੈਂ ਪ੍ਰੋਪਰ ਸਿੱਖਿਆ, ਗੁਰਸਿੱਖ ਸਾਰੀ ਫੈਮਿਲੀ ਨੇ, ਅਮਰ ਛਕਿਆ ਵੀਰੀ ਨੇ, ਹੈ ਨਾ, ਅਤੇ
ਮੈਂ ਜਿੱਦਾਂ ਪਿਆਰ ਕਰਦਾ ਹੈ ਨਾ ਮੁਸਲਮਾਨ ਧਰਮ ਨੂੰ ਵੀ ਹੈ ਨਾ, ਠੀਕ ਹੈ, ਮੈਂ ਕਲਮਾ ਭਾਜੀ ਇਹਨਾਂ ਨੂੰ ਪੜ੍ਹ ਕੇ ਸੁਣਾਇਆ। ਹਾਂਜੀ, ਮੈਂ ਜਿੱਦਾਂ ਮੈਂ ਪਿਆਰ ਕਰਦਾ, ਮੈਂ ਪਿਆਰ ਦੇ ਬੇਸ 'ਤੇ ਤੁਹਾਨੂੰ ਪੁੱਛ ਸਕਦਾ ਵੀ ਭਾਜੀ ਜਿਹੜੀ ਆਹ ਗੱਲ ਆ ਇਹਦਾ ਮੀਨਿੰਗ ਕੀ ਆ, ਹੈ ਨਾ। ਹਾਂ, ਪਰ ਜੇ ਮੈਂ ਕਹਾਂ ਵੀ ਨਹੀਂ ਮੈਂ ਹੇਟ ਕਰਦਾ ਤੇ ਮੈਂ ਹੇਟ ਦੇ ਵਿੱਚ ਕਰਾਂ ਜੀ, ਹਾਂ ਤੁਹਾਡੇ ਵਿੱਚ ਆਹ ਗੱਲ ਲਿਖੀ ਪਰ ਇਹ ਗੱਲ ਗਲਤ ਲਿਖੀ ਆ ਤੇ ਤੁਸੀਂ ਮੈਨੂੰ ਐਗਜ਼ਾਮਪਲ ਦਿਓ ਵੀ ਕਾਹਤੇ ਲਿਖੀ ਆ, ਫਿਰ ਤੁਸੀਂ ਕਹਿ ਸਕਦੇ ਵੀ ਤੇਰੀ ਔਕਾਤ ਨਹੀਂ ਹੈਗੀ ਇਹ ਗੱਲ ਪੁੱਛਣ ਬਾਰੇ, ਠੀਕ ਆ। ਗੁਰੂ ਗ੍ਰੰਥ ਸਾਹਿਬ ਤੁਸੀਂ ਹਾਲਾਂਕਿ ਉਹ ਇੱਕ ਕਿਤਾਬ ਹੈ ਲੇਕਿਨ ਤੁਸੀਂ ਉਹਨਾਂ ਨੂੰ ਇੱਕ ਗੁਰੂ ਦਾ ਦਰਜਾ ਦਿੱਤਾ ਵੇ, ਹਨਾ ਜੀ ਜੀ। ਉਹ ਸਾਡੇ ਗੁਰੂ ਦੇਖੋ ਸੀ, ਉਹ ਕਹਿੰਦੇ ਵੀ ਸਿੱਖ, ਹਾਂਜੀ, ਬਾਰਵੇਂ ਗੁਰੂ ਤੁਹਾਡੇ, ਹਾਂਜੀ ਠੀਕ, ਲੈ ਵੇ ਯਾਰਵੇਂ ਗੁਰੂ ਜੀ ਜੀ। ਅੱਛਾ, ਗੁਜ਼ਾਰਿਸ਼ ਹੈ ਵੇ ਕਿ ਦੇਖੋ ਜੀ ਕਿ ਤੁਹਾਡੀ ਉਹ ਮਜ਼ਹਬੀ ਕਿਤਾਬ ਹੈ ਤੇ ਇੱਕ ਦਿਨ ਨਾ ਜਦੋਂ ਇਹ ਮੈਟਰ ਸ਼ੁਰੂ ਹੋਇਆ ਸੀ ਨਾ ਜੀ ਤੇ ਬੜੀ ਅਰੂਜ ਦੇ ਉੱਤੇ ਗੱਲ ਪਹੁੰਚੀ ਤੇ ਮੈਂ ਐਵੇਂ ਹੀ ਨਾ ਮੈਂ ਦੋਵਾਂ ਦੀ ਵਿੱਚ ਸੁਲਾਹ ਕਰਵਾਉਣ ਵਾਸਤੇ ਇੱਕ ਗੱਲ ਕੀਤੀ ਐਵੇਂ ਜੀ। ਹਾਂਜੀ, ਮੈਂ ਕਿਹਾ ਦੇਖੋ ਜੀ ਮੇਰੇ ਕੋਲ ਨਾ ਇੱਥੇ ਤਮਾਮ ਮਜ਼ਾਹਬ ਦੀਆਂ ਕਿਤਾਬਾਂ ਮੇਰੀ ਲਾਇਬ੍ਰੇਰੀ 'ਚ ਪਈਆਂ ਨੇ ਜੀ ਤੇ ਉਹ ਮੇਰੇ ਮੁਤਾਲੇ 'ਚ ਨੇ, ਮੈਂ ਮੁਤਾਲਾ ਕਰਨਾ, ਮੈਂ ਇੱਕ ਕਾਰੀ ਹਾਂ ਮਜ਼ਾਹਬ ਦਾ ਔਰ ਇਹਨਾਂ ਮਜ਼ਾਹਬ ਨੂੰ ਮੈਂ ਡੀਪਲੀ ਜਿਹੜਾ ਵੇ ਸਟੱਡੀ ਕੀਤਾ ਹੋਇਆ ਹੈ ਜੀ ਔਰ ਇਹ ਹਰ ਇੱਕ ਨੂੰ ਇਖਤਿਆਰ ਹੈ ਜੀ ਬਿਲਕੁਲ। ਅੱਛਾ, ਉਹ ਗੱਲ ਕਰਦਿਆਂ ਕਰਦਿਆਂ ਨਾ ਮੈਂ ਕਿਹਾ ਮੇਰੇ ਕੋਲ ਇੱਥੇ ਪਈ ਹੈ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ, ਉਹ ਲਓ ਜੀ। ਉਹ ਗੱਲ ਕਰਨ ਦੀ ਦੇਰ ਤੇ ਇੱਕ ਸਾਡਾ ਉਹਨੂੰ ਮੈਂ ਹੁਣ ਸਿੱਖ ਨਹੀਂ ਕਵਾਂਗਾ, ਮੈਂ ਉਹਨੂੰ ਥਰਡ ਪਾਰਟੀ ਕਵਾਂਗਾ, ਬਿਲਕੁਲ ਉਹਨੂੰ ਮੈਂ ਹੁਣ ਕੀ ਕਵਾਂਗਾ, ਨਾਮ ਇੱਥੇ ਦੇਣ ਲੱਗਾ ਥਰਡ ਪਾਰਟੀ ਦਾ, ਬਿਲਕੁਲ। ਅੱਛਾ, ਉਹ ਬੰਦਾ ਨਾ ਸਿੱਖ ਬਣ ਕੇ ਆਇਆ ਉਹ ਤੇ ਭਾਈ ਜੀ ਉਹਨੇ ਚੜ੍ਹਾਈ ਕਰ ਦਿੱਤੀ, ਉਹਨੇ ਕਿਹਾ ਗੁਰੂ ਸਾਹਿਬ ਤੇਰੀ ਲਾਇਬ੍ਰੇਰੀ ਚ ਕਰਦੇ ਕੀ ਨੇ ਪੇ, ਤੈਨੂੰ ਤੇ ਅਸੀਂ ਵੱਢਦੇ ਰਹਿ ਟੁੱਕਦੇ ਰਹਿ ਤੇ ਤੂੰ ਤੇ ਤੂੰ ਇੱਕ ਗੈਰ ਮਜ਼ਹਬ ਹੈ ਤੇ ਤੇਰੇ ਕੋਲੋਂ ਕਰਦੀ। ਉਹ ਮੈਂ ਨਾ ਸਿਰਫ ਇਹ ਗੱਲ ਸੁਣ ਕੇ ਨਾ ਮੈਂ ਆਈਡੀਆ ਲਾ ਲਿਆ ਕਿ ਇਹ ਬੰਦਾ ਇਹ ਥਰਡ ਪਾਰਟੀ ਏ, ਇਹ ਬੰਦਾ ਇਹ ਜਿਹੜਾ ਇੰਜ ਦੇ ਬੰਦੇ ਨਾ ਜੀ। ਹਾਂ ਹਾਂ ਹਾਂ, ਉਹ ਗੱਲ ਐ ਵੇ ਕਿ ਸਾਡੇ ਦੋ ਧਰਮ ਨੇ ਜਾਂ ਹੋਰ ਬੜੇ ਧਰਮ ਨੇ ਦੁਨੀਆਂ ਦੇ ਵਿੱਚ, ਕਿਸੇ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ। ਹਾਂ, ਇਤਰਾਜ਼ ਹੋ ਸਕਦਾ ਹੈ, ਉਹ ਇੱਕ ਅਰਸੇ ਤੋਂ ਜਾਰੀ ਨੇ, ਲੇਕਿਨ ਇਤਰਾਜ਼ ਕਰਨ ਦੇ ਜਿਹੜਾ ਮੋਹਤਰੀਜ਼ ਹੁੰਦਾ ਨਾ ਜੀ, ਇਤਰਾਜ਼ ਕਰਨ ਵਾਲਾ, ਉਹਨੂੰ ਇੱਕ ਢੰਗ ਹੋਣਾ ਚਾਹੀਦਾ, ਇੱਕ ਤਰੀਕਾ ਹੋਣਾ ਚਾਹੀਦਾ ਇਤਰਾਜ਼ ਪੇਸ਼ ਕਰਨ ਦਾ, ਇੱਕ ਅਦਬ ਦੇ ਦਾਇਰੇ ਚ ਰਹਿ ਕੇ ਜਾਂ ਇੱਕ ਤਰੀਕਾ ਔਰ ਸਲੀਕਾ ਹੋਣਾ। ਨਾਲ ਹੀ ਬਕਵਾਸ ਇਹ ਕਰਦੇ ਨੇ ਵੀ ਤੂੰ ਦੂਜੇ ਧਰਮ ਦਾ ਹੋ ਕੇ ਸਾਡੇ ਧਰਮ ਦੀ ਕਿਤਾਬ ਕਿੱਦਾਂ ਰੱਖ ਲਈ ਨਾ। ਅੱਛਾ, ਪਹਿਲਾਂ ਭਾਜੀ ਸੋਰੀ, ਤੁਹਾਡੇ ਕੋਲ ਹੋ ਨਹੀਂ ਸਕਦੀ ਇੱਦਾਂ, ਤੁਹਾਡੇ ਕੋਲ ਹੋਊਗੀ ਜਿੱਦਾਂ ਪਾਠ ਹੋਣਗੇ ਹੁੰਦੇ ਪ੍ਰੋਪਰ ਗੁਰੂ ਗ੍ਰੰਥ ਸਾਹਿਬ ਨਹੀਂ ਤੁਹਾਡੇ ਕੋਲ ਹੋ ਸਕਦਾ। ਹਾਂਜੀ, ਉਹ ਗੱਲ ਐਵੇਂ ਕਿ ਸਾਨੂੰ ਤੇ ਵੇਖੋ ਨਾ ਜੀ ਸੋਸ਼ਲ ਮੀਡੀਆ ਇੰਟਰਨੈਟ ਤੋਂ ਜੋ ਚੀਜ਼ਾਂ ਅਵੇਲੇਬਲ ਨੇ ਅਸੀਂ ਤੇ ਉਹ ਹੀ ਲੈਣੀਆਂ ਨੇ ਨਾ ਜੀ। ਅੱਛਾ, ਹੁਣ ਉਹਨੂੰ ਇੰਨੀ ਅਕਲ ਚਾਹੀਦੀ ਸੀ ਪਹਿਲਾਂ ਤੁਹਾਡੇ ਤੋਂ ਪੁੱਛ ਲੈਂਦਾ, ਹੁਣ ਮੈਂ ਵੀ ਤੁਹਾਡੇ ਨਾਲ ਗੱਲ ਕੀਤੀ ਹੈ ਨਾ ਪ੍ਰੋਪਰ। ਮੈਂ ਤੁਹਾਨੂੰ ਨਾ ਗੱਲ ਕੰਪਲੀਟ ਕਰ ਲਾਂ, ਗੱਲ ਕੰਪਲੀਟ ਕਰਦਿਆਂ ਕਿ ਜੋ ਮੈਨੂੰ ਮਵਾਦ ਨੈਟ ਤੋਂ ਮਿਲਿਆ ਹੈ ਨਾ ਜੀ ਤੇ ਮੈਂ ਪ੍ਰਿੰਟਰ ਰੱਖਿਆ ਵੇ, ਜੋ ਮੈਂ ਫਿਰ ਪ੍ਰਿੰਟ ਆਊਟ ਕੱਢ ਕੇ ਤੁਹਾਨੂੰ ਇਹ ਮੁਜੱਲਦ ਕਰ ਲੈਂਦਾ ਵਾਂ, ਉਹਨੂੰ ਜਿਲਦ ਬਣਾ ਲੈਂਦਾ ਵਾਂ। ਗੁੱਡ ਗੁੱਡ, ਹਾਂਜੀ ਹਾਂਜੀ, ਉਹੀ ਨਾ ਮੈਂ ਕਿਹਾ ਵੀ ਉਹਨੂੰ ਇਹੀ ਗੱਲ ਜੇ ਪੁੱਛ ਲੈਂਦਾ ਪ੍ਰੋਪਰ ਤੇ ਉਹਨੂੰ ਇੱਥੇ ਤੱਕ ਭੌਂਕਣ ਦੀ ਲੋੜ ਨਹੀਂ ਸੀ ਪੈਣੀ। ਬਸ ਇਹੀ ਗੱਲਾਂ ਨੇ ਨਾ ਜੀ। ਹਾਲਾਂਕਿ ਇੱਧਰ ਵੇਖੋ ਨਾ ਜੀ, ਤੁਸੀਂ ਕਹੋ ਜੀ ਮੇਰੇ ਕੋਲ ਕੁਰਾਨੇ ਪਾਕ ਪਿਆ, ਮੇਰੇ ਕੋਲ ਬੁਖਾਰੀ ਮੁਸਲਿਮ ਪਈ ਹੈ,
ਅਸੀਂ ਖੁਸ਼ ਹੋ ਰਹੇ ਮੁਸਲਮਾਨ ਵੀਰਾਂ ਦੇ ਰੈਸਟੋਰੈਂਟ ਚ ਕੰਮ ਕਰਦਾ ਰਿਹਾ 2.5 ਸਾਲ ਹਨਾ, ਠੀਕ ਆ। ਜਿਹੜੇ ਗਰੂਮਿੰਗ ਦਾ ਨਾਮ ਲੈਂਦੇ ਪਏ ਨੇ ਨਾ ਇਹਨਾਂ ਦੀਆਂ ਗੱਲਾਂ ਕਰਕੇ, ਪਰ ਮੈਂ ਕਿਸੇ ਤਰੀਕੇ ਸੋਚਦਾ ਵੀ ਇਹ ਗੱਲ ਜੋ ਹੀ ਹੋਈ ਠੀਕ ਆ। ਇਹਦੇ ਨਾਲ ਥੋੜਾ ਜਿਹਾ ਨਾ ਬੱਚਿਆਂ ਨੂੰ ਪਤਾ ਲੱਗ ਗਿਆ ਵੀ ਇੰਨਾ ਮਾੜਾ ਹੈ ਨਹੀਂ ਜਿੰਨਾ ਅਸੀਂ ਬਣਾ ਦਿੱਤਾ। ਅੱਛਾ, ਮੇਰੀ ਉਦੋਂ ਭਾਜੀ ਇੱਕ ਗਰਲਫ੍ਰੈਂਡ ਸੀ, ਮੈਂ ਰੱਬ ਦੀ ਸੌਂਖਾ ਕਹਿੰਦਾ ਇਹ 101% ਸਹੀ ਗੱਲ ਆ ਨਾ, ਠੀਕ ਆ। ਅੱਛਾ, ਮੈਂ ਭਾਜੀ 2 ਸਾਲ ਕੰਮ ਕਰਦਾ ਰਿਹਾ ਪ੍ਰੋਪਰ, ਅਤੇ ਦੂਜੇ ਸਾਲ ਨਾ ਮੇਰੀ ਗਰਲਫ੍ਰੈਂਡ ਬਣ ਗਈ ਇੱਕ, ਹੈ ਨਾ, ਇੱਥੇ ਬ੍ਰਿਟਿਸ਼ ਬੋਰਨ ਅਤੇ ਇੰਡੀਅਨ ਸਿੱਖ ਪਰਿਵਾਰ 'ਚ, ਹੈ ਨਾ। ਅਤੇ ਉਹਨੇ ਜਦੋਂ ਹੌਲੀ ਹੌਲੀ, ਪਹਿਲਾਂ ਤਾਂ ਮੈਂ ਸੋਚਿਆ ਵੀ ਕੀ ਦੱਸਣ ਦੀ ਲੋੜ, ਇੰਨਾ ਦੱਸਿਆ ਹੀ ਰੈਸਟੋਰੈਂਟ ਦੇ ਵਿੱਚ, ਹੈ ਨਾ। ਅੱਛਾ, ਬਾਅਦ 'ਚ ਮੈਂ ਜਦੋਂ ਉਹਨੂੰ ਪਤਾ ਲੱਗ ਗਿਆ ਨਾ ਵੀ ਪਾਕਿਸਤਾਨ ਦੇ ਮੁਸਲਮਾਨ ਧਰਮ ਜਿੱਦਾਂ ਬਿਲੋਂਗ ਕਰਦੇ ਭਾਜੀ ਰਹੀ, ਹੈ ਨਾ, ਅਤੇ ਮੈਂ ਨਾ ਜਿੱਦਾਂ ਬੜੇ ਪ੍ਰਾਊਡਲੀ ਜਿੱਦਾਂ ਦੱਸਿਆ ਵੀ ਮੈਂ ਨਾ, ਮੈਨੂੰ ਨਾ ਕਲਮਾ ਆਉਂਦਾ ਆ ਜਿਵੇਂ ਹੁਣ ਭਾਜੀ ਹੋਰਾਂ ਨੂੰ ਮੈਂ ਸੁਣਾਇਆ ਕਲਮਾ, ਹੈ ਨਾ। ਅਤੇ ਉਹ ਮੈਨੂੰ ਕਹਿੰਦੇ ਵੀ 2 ਚੀਜ਼ਾਂ ਆ, ਜਾਂ ਤਾਂ ਮੈਨੂੰ ਰੱਖ ਲਾ ਜਾਂ ਉੱਥੇ ਕੰਮ ਕਰ ਲਾ। ਮੈਂ ਮਤਲਬ ਕੀ ਤੇਰੀ ਗੱਲ ਦਾ ਨਾ, ਕਹਿੰਦੀ ਨਹੀਂ ਨਹੀਂ 2 ਗੱਲਾਂ ਨੇ ਬਸ। ਮੈਂ ਤੂੰ ਗੱਲ ਦੱਸ ਕੀ, ਕਹਿੰਦੀ ਨਹੀਂ ਮੁਸਲਮਾਨ ਧਰਮ ਸੋਰੀ ਬੰਦੇ ਠੀਕ ਨਹੀਂ, ਪਾਕਿਸਤਾਨੀ ਬੰਦੇ ਠੀਕ ਨਹੀਂ, ਹੈ ਨਾ। ਉਹ ਮੈਂ ਚੱਲ ਕਿੱਦਾਂ ਗਲਤ ਹੋ ਸਕਦਾ, ਤੂੰ ਕਿਹੜੇ ਬੇਸ ਤੇ ਕਹਿਣ ਦੀ, ਮੈਨੂੰ ਦੱਸ ਤਾ ਸੀ, ਹੈ ਨਾ, ਵੀ ਜਾਂ ਤੇਰੇ ਕੋਲ ਕੋਈ ਤੇਰੇ ਨਾਲ ਕੋਈ ਗਲਤ ਹੋਇਆ ਜਾਂ ਕੁਛ ਹੋਰ, ਵੀ ਤੂੰ ਕੋਈ ਗੱਲ ਦੱਸ ਮੈਨੂੰ ਵੀ ਗਲਤ। ਫਿਰ ਮੈਂ ਹੋ ਸਕਦਾ ਮੈਂ ਕਹਿ ਦੇਵਾਂ ਵੀ ਠੀਕ ਹੈ, ਸਤਿ ਸ਼੍ਰੀ ਅਕਾਲ, ਵੀ ਸਾਰਿਆਂ ਨੇ ਇੱਦਾਂ ਗਲਤ, ਹੈ ਨਾ, ਠੀਕ ਆ। ਪਰ ਉਹਨੂੰ ਕੋਈ ਗੱਲ ਹੀ ਨਹੀਂ ਆਈ, ਕਿਉਂਕਿ ਸ਼ੁਰੂ ਤੋਂ ਹੁਣ ਆਹ ਗੱਲਾਂ ਜਿਵੇਂ ਗਰੂਮਿੰਗ ਹੁੰਦਾ ਫਲਾਣਾ। ਅੱਛਾ, ਜਿਹੜੇ ਸਿੰਘ ਨੇ ਸ਼ੁਰੂ ਕੀਤੀ ਨਾ ਗੱਲ, ਉਹਨੂੰ ਇਹ ਪਤਾ ਹੀ ਨਹੀਂ ਵੀ ਉਹ ਬੱਚੀ ਹੈ ਕਿੱਥੋਂ ਦੀ ਆ। ਉਹਨੇ ਸਿਰਫ ਜਿਵੇਂ ਮੈਂ ਗੱਲ ਕੀਤੀ ਮੇਰੇ ਤੋਂ ਸੁਣ ਕੇ ਤੁਹਾਨੂੰ ਦੱਸਤੀ, ਤੇ ਤੁਸੀਂ ਚੱਕ ਕੇ ਨੈੱਟ ਤੇ ਚਾੜਤੀ ਆਹ ਗੱਲ ਜੀ। ਉਹਨੂੰ ਹਜੇ ਤੱਕ ਇਹ ਨਹੀਂ ਪਤਾ ਵੀ ਉਹ ਬੱਚੀ ਹੈ ਕਿੱਥੋਂ ਦੀ ਆ। ਮੈਂ ਨਾ ਭਾਜੀ, ਮੈਂ ਨਾ ਇੱਕ ਅਰਜ਼ ਕਰਾਂ ਜੀ, ਮੇਰਾ ਨਾ ਹੋ ਸਕਦਾ ਤਜਰਬਾ ਤੁਹਾਡੇ ਨਾਲੋਂ ਵੱਧ ਹੋਵੇ। ਮੈਂ ਨਾ ਇੱਕ ਸੋਸ਼ਲ ਮੀਡੀਆ ਐਕਟੀਵਿਸਟ, ਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਨਾ ਬੜੇ ਬੜੇ ਮਾਮਲਾਤ ਅਸੀਂ ਦੁਨੀਆਂ 'ਚ ਨਾ ਵੇਖੇ ਨੇ, ਬੜੇ ਬੜੇ ਮਾਮਲਾਤ ਵੇਖੇ। ਅੱਛਾ, ਇਹ ਪਤਾ ਕੀ ਹੈ, ਇਹ ਜੋ ਕੁਝ ਹੋਇਆ ਹੋਵੇ ਨਾ ਗਰੂਮਿੰਗ ਦੇ ਨਾਮ ਦੇ ਉੱਤੇ, ਪਹਿਲੇ ਤੇ ਮੈਂ ਮਸਲਾ ਦੱਸ ਦਿਆਂ। ਮਸਲਾ ਕੀ ਹੈ, ਸਾਡੀ ਸ਼ਰੀਅਤ ਦੇ ਵਿੱਚ ਜ਼ਬਰਦਸਤੀ ਬਿਲਕੁਲ ਨਹੀਂ ਹੈ, ਜ਼ਬਰਦਸਤੀ ਬਿਲਕੁਲ ਹਰਾਮ ਹੈ। ਤੁਸੀਂ ਜ਼ਬਰਦਸਤੀ ਤਲਵਾਰ ਦੇ ਜ਼ੋਰ ਤੇ ਜਾਂ ਕਿਸੇ ਨੂੰ ਡਰਾ ਧਮਕਾ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਮੁਸਲਮਾਨ ਕਰਨਾ ਗਲਤ ਹੈ, ਸਾਡੀ ਸ਼ਰੀਅਤ ਮਨਾ ਕਰਦੀ, ਠੀਕ ਹੈ ਨਾ ਜੀ। ਮੈਂ ਇੱਕ ਵੇਖੋ ਇੱਕ ਮਜ਼ਹਬੀ ਸਕਾਲਰ ਹਾਂ, ਔਰ ਇੱਕ ਪੂਰੇ ਵਸੂਕ ਨਾਲ ਤੁਹਾਨੂੰ ਇੱਕ ਗੱਲ ਕਹਿ ਰਿਹਾ ਵਾਂ, ਠੀਕ ਹੈ ਨਾ ਜੀ। ਅੱਛਾ, ਤੇ ਅੱਛਾ ਅਗਲੀ ਹੁਣ ਮੈਂ ਗੱਲ ਇਹ ਕਰਾਂਗਾ ਕਿ ਇਹ ਪਤਾ ਕੀ ਹੈ ਜੀ, ਇਹ ਹਰ ਮਜ਼ਹਬ ਦੇ ਵਿੱਚ ਇੰਜ ਦਾ ਮੈਂ ਸਮਝਿਆ ਇੰਜ ਦੀਆਂ ਚੀਜ਼ਾਂ ਹੈ ਨੇ। ਕੁਝ ਟਿਕ ਟਾਕਰ ਐਸੇ ਨੇ ਕਿ ਜਿਨ੍ਹਾਂ ਨੂੰ ਆਪਣੀ ਟਿਕ ਟਾਕ ਚਮਕਾਉਣ ਵਾਸਤੇ ਨਾ ਜੀ, ਆਪਣੇ ਵਿਊਵਰ ਥੋੜੇ ਜਿਹੇ ਵਧਾਉਣ, ਉਹਨਾਂ ਨੂੰ ਚਾਹੀਦਾ ਹੁੰਦਾ ਇੱਕ ਮੈਟਰ। ਬਿਲਕੁਲ, ਉਹ ਨਾ ਜੀ, ਜਿਵੇਂ ਦੇਖੋ ਨਿਊਜ਼ ਪੇਪਰ ਹੁੰਦੇ ਨੇ, ਤੇ ਨਿਊਜ਼ ਪੇਪਰ ਨੂੰ ਆਪਣੇ ਨਿਊਜ਼ ਪੇਪਰ ਚਲਾਉਣ ਵਾਸਤੇ ਇੱਕ ਹਾਈ ਲਾਈਟ ਦੀ ਜ਼ਰੂਰਤ ਹੁੰਦੀ ਏ, ਕੁਝ ਐਸੀ ਖਬਰਾਂ ਦੀ ਲੋੜ ਹੁੰਦੀ ਏ ਕਿ ਜਿਹਦੇ ਜ਼ਰੀਏ ਉਹਨਾਂ ਦਾ ਅਖਬਾਰ ਜ਼ਿਆਦਾ ਵਿਕੇ। ਬਿਲਕੁਲ ਬਿਲਕੁਲ, ਉਹਨਾਂ ਨੂੰ ਕਿਸੇ ਦਾ ਮਤਲਬ ਨਹੀਂ ਹੁੰਦਾ ਵੀ ਕਿਸੇ ਦੀ ਜ਼ਿੰਦਗੀ ਤਬਾਹ। ਹਾਂ 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 ਹਾਂ, ਉਹ ਐ ਵੇ ਕਿ ਕੁਝ ਟਿਕ ਟਾਕਰ ਐਸੇ ਨੇ ਕਿ ਜਿਨ੍ਹਾਂ ਨੇ ਜਨਾਬ ਇਹ ਤਰੀਕਾਕਾਰ ਇਖਤਿਆਰ ਕੀਤਾ ਕਿ ਉਹ ਕੋਈ ਨਾ ਕੋਈ ਇੱਕ ਨਾ ਜੀ, ਉਹਨਾਂ ਨੂੰ ਇਹ ਕਰੂ ਚਾਹੀਦਾ ਹੁੰਦਾ, ਕੋਈ ਇੱਕ ਚੀਜ਼ ਐਸੀ ਚਾਹੀਦੀ ਹੁੰਦੀ ਏ ਕਿ ਜਿਹਨੂੰ ਉਹ ਲੈ ਕੇ ਨਾ ਜੀ, ਤੇ ਬਸ ਗਾਲਾਂ ਕੱਢਣ।
ਇਹ ਗਾਲ ਅਬਿਊਜ਼ਰ ਤੇ ਕੁਝ ਟਿਕਟਾਕ ਦੇ ਬੜੇ ਹੁਣ ਜਿਹੜਾ ਪ੍ਰੋਫੈਸ਼ਨਲ ਕਿਸਮ ਦੇ ਅਬਿਊਜ਼ਰ ਭਾਜੀ ਦੱਸਦਾ ਪਿਆ ਸੀ ਕਹਿੰਦਾ ਮੈਂ ਉਹਦੀ ਆਈਡੀ ਚੈੱਕ ਕਰਨ ਦਾ ਸੀ ਤੇ ਉਹ ਕਿ ਗਾਣੇ ਤੇ ਭੰਗੜਾ ਪਾਉਂਦਾ ਪਿਆ ਸੀਗਾ ਵੀ ਕਹਿੰਦਾ ਮਤਲਬ ਲੋਕਾਂ ਨੂੰ ਅੱਗ ਲਾ ਕੇ ਲੋਕੀ ਅੱਗ ਲੱਗੀ ਦੇ ਵਿੱਚ ਤੜਫਣ ਦੇ ਕਿੱਦਾਂ ਕਿ ਫੜਦੇ ਉਹ ਆਪ ਨੱਚਦਾ ਪਿਆ ਉਹ ਐਵੇਂ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਨਾ ਜਦੋਂ ਇਹ ਹੋ ਰਿਹਾ ਸੀ ਮਾਮਲਾ ਹੁਣ ਤੇ ਠੰਡਾ ਹੋ ਗਿਆ ਇਹ ਕੰਮ ਤੇ ਭਾਈ ਜੀ ਮੁਸਲਮਾਨਾਂ ਦੀ ਤਰਫੋਂ ਵੀ ਚੰਦ ਲੋਕ ਸਨ ਅਬਿਊਜ਼ਿੰਗ ਤੇ ਸਿੱਖਾਂ ਦੀ ਤਰਫੋਂ ਵੀ ਚੰਦ ਸਨ ਬਸ ਮੈਂ ਨਾਮ ਨਹੀਂ ਲੈਂਦਾ ਸਾਰੀ ਦੁਨੀਆਂ ਨੂੰ ਪਤਾ ਵੇ ਤੇ ਉਹ ਬਸ ਭਾਈ ਜੀ ਇਹ ਤਰੀਕਾਕਾਰ ਹੁੰਦਾ ਵੇ ਕਿ ਇਹਨਾਂ ਅਬਿਊਜ਼ਰ ਨੇ ਪ੍ਰੋਫੈਸ਼ਨਲ ਅਬਿਊਜ਼ਰ ਨੇ ਗਾਲੀ ਗਲੋਚ ਵਾਲੇ ਇਹਨਾਂ ਨੂੰ ਨਾ ਆਪਣਾ ਰਾਂਝਾ ਰਾਜ਼ੀ ਕਰਨ ਵਾਸਤੇ ਅਤੇ ਆਪਣਾ ਉਹ ਗਾਲਾਂ ਦੀ ਜਿਹੜੀ ਇਹਨਾਂ ਨੇ ਉਹ ਰੱਟੀ ਹੁੰਦੀਆਂ ਨੇ ਉਹ ਹੁਣ ਉਹ ਜਗ੍ਹਾ ਨਹੀਂ ਕੋਈ ਲੱਭਦੀ ਕਿ ਕਿਹੜੀ ਜਗ੍ਹਾ 'ਤੇ ਜਾ ਕੇ ਜਾਂ ਕਿਹੜੇ ਮੌਜੂਦ 'ਤੇ ਉਹ ਗਾਲਾਂ ਕੱਢੀਆਂ ਜਾਣ ਉਹ ਪ੍ਰੈਕਟਿਸ ਵੀ ਕਰਨਾ ਚਾਹੁੰਦੇ ਨੇ ਨਾ ਉਹ ਗਾਲਾਂ ਦੀ ਨਹੀਂ ਤਾਂ ਭੁੱਲ ਜਾਣਗੀਆਂ ਨਹੀਂ ਤਾਂ ਭੁੱਲ ਜਾਣਗੀਆਂ ਨੇ ਉਹ ਫਿਰ ਗੱਲ ਕੀਤੀ ਸੀ ਮੈਂ ਕਿਹਾ ਵੀ ਜੇ ਤਾਂ ਇੰਨਾ ਗੱਲਾਂ ਕਰਕੇ ਕੋਈ ਆਪਦੇ ਮਾਂ ਪਿਓ ਸਾਹਮਣੇ ਕਰ ਸਕਦਾ ਆ ਫਿਰ ਤਾਂ ਉਹ ਜਾ ਕੇ ਅੱਲਾ ਜਾਂ ਵਾਹਿਗੁਰੂ ਨੂੰ ਮੂੰਹ ਦਿਖਾਊਗਾ ਜ਼ਰੂਰ ਵੀ ਹਾਂ ਵੀ ਮੈਂ ਸਹੀ ਕੀਤਾ ਪਰ ਉਹ ਇਹੀ ਸੋਚ ਲਿਆ ਵੀ ਜੇ ਆਪਦੇ ਮਾਂ ਪਿਓ ਸਾਹਮਣੇ ਨਹੀਂ ਕਰ ਸਕਦਾ ਤੇ ਰੱਬ ਨੂੰ ਹੀ ਪਿਓ ਮਾਂ ਮੰਨਦੇ ਹਨਾ ਠੀਕ ਆ ਹਾਲਾਂਕਿ ਸਾਡੇ ਕੁਰਾਨੇ ਪਾਕ ਦੇ ਵਿੱਚ ਨਾ ਜੀ ਵਾਅਦੇ ਤੌਰ ਤੇ ਹੁਕਮ ਹੈ ਕਿ ਵਾਅਦੇ ਤੌਰ ਤੇ ਹੁਕਮ ਹੈ ਕਿ ਕਿਸੀ ਕਿ ਝੂਠੇ ਖੁਦਾ ਕੋ ਬੁਰਾ ਮਤ ਕਹੋ ਨਹੀਂ ਤੋ ਵੋ ਤੁਹਾਰੇ ਸੱਚੇ ਕੋ ਵੀ ਬੁਰਾ ਕਹੇਗਾ ਬਿਲਕੁਲ ਦੇਖੋ ਉਹ ਤੇ ਮੁਸਲਮਾਨ ਹੀ ਨਹੀਂ ਹੈ ਕਿ ਜਿਹੜਾ ਦਿਲ ਚ ਜਿਹੜੀ ਇਦਾਂ ਦੀ ਗੱਲ ਨਿਕਲੀ ਆ ਹਨਾ ਵੀ ਕਿਸੇ ਨੂੰ ਮਾੜਾ ਨਾ ਕਹਿ ਦੋ ਕਿਤੇ ਤੁਹਾਡੇ ਨਾ ਕੋਈ ਮਾੜਾ ਕਹਿ ਜੇ ਤੁਹਾਨੂੰ ਕਿੰਨੀ ਪਿਆਰੀ ਗੱਲ ਆ ਤੇ ਬਸ ਨਹੀਂ ਹੈ ਪਿਆਰੀਆਂ ਗੱਲਾਂ ਤੇ ਵੇਖੋ 1400 ਸਾਲ ਤੂੰ ਚਲਦੀਆਂ ਆ ਰਹੀਆਂ ਨੇ ਲੇਕਿਨ ਕੋਈ ਨਾ ਮੰਨੇ ਕੋਈ ਉਹਦੇ ਤੇ ਤਵੱਜੋ ਹੀ ਨਾ ਦੇਵੇ ਤੇ ਹੁਣ ਕੀ ਕੀਤਾ ਜਾ ਸਕਦਾ ਹਾਂਜੀ ਤੇ ਇੰਜ ਮੇਰਾ ਵੀਰ ਤੁਹਾਡੇ ਵਿੱਚ ਵੀ ਤੁਹਾਡੇ ਧਰਮ 'ਚ ਵੀ ਇੰਜ ਦੇ ਹੋਣਗੇ ਕਿ ਜਿਹੜੀ ਆਪਣੀ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਹੋਣਗੇ ਜਾਂ ਮਤਲਬ ਮੰਨਦੇ ਤੇ ਹੈ ਨੇ ਬਸ ਉਹਨਾਂ ਨੇ ਹੁਣ ਨਾ ਪਿੱਛੇ ਜਿਹਾ ਕੰਮ ਚੱਲਿਆ ਜੀ ਇੱਕ ਛੋਟੀ ਜੀ ਗੱਲ ਕਰਾਂਗਾ ਬਾਦ ਭਾਜੀ ਇੱਕ ਛੋਟੀ ਜੀ ਗੱਲ ਚਲੋ ਅਸੀਂ ਨਹੀਂ ਆਂਦੇ ਥੱਲੇ ਮੈਸੇਜ ਆ ਰਹੇ ਨੇ ਕਿ ਜਦੋਂ ਝੂਠਾ ਕਹਿਤਾ ਨਹੀਂ ਭਾਜੀ ਅਸੀਂ ਆਨੇ ਆ ਕਿ ਕਿਸੇ ਦੇ ਵੀ ਖੁਦਾ ਨੂੰ ਗਲਤ ਨਾ ਕਹੋ ਤਾਂ ਕਿ ਤੁਹਾਡੇ ਖੁਦਾ ਨੂੰ ਗਲਤ ਨਾ ਕਹੋ ਭਾਜੀ ਮੈਂ ਪੜ੍ਹ ਲਿਆ ਬਿਲਕੁਲ ਪਰ ਮੈਂ ਤਾਂ ਨਹੀਂ ਗੱਲ ਕੀਤੀ ਜਿੰਦੇ ਦਿਮਾਗ 'ਚ ਇਹੀ ਨਹੀਂ ਗੱਲ ਪਈ ਉਹ ਕਿੱਥੋਂ ਕਰ ਲੂ ਤਾਂ ਫਿਰ ਫਾਇਦਾ ਅਸੀਂ ਝੂਠਾ ਨੀ ਕਹਿ ਰਹੇ ਲਕੁਮ ਦੀਨ ਹੁਕਮ ਵਾਲੀ ਜਾਂ ਦੀਨ ਤੁਹਾਡੇ ਹੱਥ ਤੁਹਾਡਾ ਦੀਨ ਸਾਡੇ ਹੱਥ ਸਾਡਾ ਉਹਦੇ ਵਿੱਚ ਇਹ ਨਹੀਂ ਲਿਖਿਆ ਵੀ ਕਿਸੇ ਦੇ ਧਰਮ ਨੂੰ ਉਹਦੇ ਲਿਖਿਆ ਵੀ ਜਿਵੇਂ ਹੁਣ ਭਾਜੀ ਕਈ ਪਖੰਡੀ ਬਾਬੇ ਜਾਂ ਤੁਹਾਡੇ ਵੀ ਇੱਥੇ ਇੱਕ ਦੋ ਹੈਗੇ ਨੇ ਛੁੱਕ ਛੁੱਕ ਜਾਂ ਕੁਛ ਵੀ ਹੈਨਾ ਉਹ ਕਹਿੰਦੇ ਵੀ ਜੇ ਉਹਨਾਂ ਨੂੰ ਤੁਸੀਂ ਹੁਣ ਉਹਨਾਂ ਦੇ ਲੋਕਾਂ ਨੂੰ ਤੁਸੀਂ ਮਾੜਾ ਨਾ ਕਹੋ ਵੀ ਕਿਤੇ ਇਹ ਨਾ ਕਹਿ ਦੇਣਾ ਵੀ ਤੁਹਾਡਾ ਵੀ ਮਾੜਾ ਆ ਉਹਨਾਂ ਨੇ ਇਹ ਨਹੀਂ ਕਿਹਾ ਹੈਗਾ ਵੀ ਉੱਤੇ ਵੀ ਤੁਸੀਂ ਕਿਸੇ ਦੇ ਗਲਤ ਧਰਮ ਨੂੰ ਨਾ ਕਹਿ ਦਿਓ ਬਾਕੀ ਮੇਨ ਗੱਲ ਕਿਸੇ ਨੂੰ ਇਹ ਨਹੀਂ ਪਤਾ ਵੀ ਕਾਫਰ ਕਿਹਾ ਕਿਹਨੂੰ ਆ ਕਾਫਰ ਉਹਨੂੰ ਕਿਹਾ ਜਿਹੜਾ ਆਪਦੇ ਧਰਮ 'ਚ ਪੱਕਾ ਨਹੀਂ ਹੈਗਾ ਉਹਦਾ ਕਹਿਣ ਦਾ ਮਤਲਬ ਇਹ ਸੀ ਵੀ ਯਾਰ ਜੇ ਕੋਈ ਆਪਦੇ ਧਰਮ 'ਚ ਨਹੀਂ ਪੱਕਾ ਤੇ ਉਹ ਤੁਹਾਡਾ ਕਿੱਥੋਂ ਸਕਾ ਹੋਜੂਗਾ ਇੰਜੀ ਨਾ ਜੀ ਮੈਂ ਥੋੜਾ ਜਿਹਾ ਫਿਰ ਜਾਣਾ ਵੇ ਮੈਂ ਇਜਾਜ਼ਤ ਚਾਹਾਂਗਾ ਆਖਰੀ ਗੱਲ ਕਰਕੇ ਅੱਜ ਕੱਲ੍ਹ ਨਾ ਸਾਡੇ ਮੁਸਲਮਾਨਾਂ ਦੇ ਵਿੱਚ ਕੋਈ ਟਿਕਟਾਕ ਦੇ ਉੱਤੇ ਹੀ ਨਾ ਜੀ ਇੰਜ ਦੇ ਕੁਝ ਮਾਮਲੇ ਚੱਲ ਰਹੇ ਨੇ ਕਿ ਇੱਕ ਮੁਸਲਮਾਨ ਦੀ ਆਈਡੀ ਦੂਸਰੇ ਮੁਸਲਮਾਨ ਨੂੰ ਗਾਲਾਂ ਕੱਢਦੀ ਹੈ ਵੀ ਦੂਸਰਾ ਤੀਸਰੇ ਨੂੰ ਤੀਸਰਾ ਚੌਥੇ ਨੂੰ ਅਤੇ ਉਹ ਜਿਹੜਾ ਚੌਥਾ ਹੈ ਨਾ ਉਹ ਪਹਿਲੇ ਨੂੰ ਜੀ ਅੱਛਾ ਇਹ ਉਹ ਨਾ ਬਰਾਡਾ ਚਮਕਾਉਣ ਵਾਸਤੇ ਉਹ ਅਬਿਊਜ਼ਿੰਗ ਹੋ ਰਹੀ ਹੈ ਉਹ ਤਸਵੀਰਾਂ ਲਾਈਆਂ ਜਾ ਰਹੀਆਂ ਨੇ
ਔਰ ਪਤਾ ਨਹੀਂ ਕੀ ਅਸਲ 'ਚ ਗੱਲ ਕਹਿ ਵੇ ਕਿ ਇਨਸਾਨ ਇਨਸਾਨ ਨੂੰ ਨਾ ਭੁੱਲ ਗਿਆ ਵੇ ਔਰ ਇਨਸਾਨੀਅਤ ਹੀ ਭੁੱਲ ਗਈ ਹੈ। ਕੋਈ ਆਪਣੇ ਖੁਦਾ ਦਾ ਕੋਈ ਡਰ ਨਹੀਂ, ਕੋਈ ਖੌਫ ਨਹੀਂ, ਬਸ ਇੰਝ ਦੇ ਮਾਮਲੇ ਨੇ। ਅੱਲਾ ਪਾਕ ਇਸ ਸ਼ੋਹਰਤ ਦੇ ਭੁੱਖਿਆਂ ਨੂੰ ਅੱਲਾ ਪਾਕ ਹਦਾਇਤ ਤਾਂ ਫਰਮਾਏ ਅਤੇ ਇਹ ਇਨਸਾਨ ਦੀ ਔਰ ਮੁਸਲਮਾਨ ਦੀ ਇੱਜ਼ਤ ਕਰਨ ਦੀ ਤੋਫੀਕ ਅੱਲਾ ਪਾਕ ਤਾ ਫਰਮਾਏ। ਅਤੇ ਤੁਸੀਂ ਸਾਰੇ ਦੋਸਤ ਬਵੋ ਬਈ, ਅਤੇ ਚਲੋ ਬੜੀ ਖੁਸ਼ੀ ਵਾਲੀ ਗੱਲ ਹੈ ਅਤੇ ਮੈਂ ਦੋਵੇਂ ਤਰਫਾਂ ਮੁਬਾਰਕਬਾਦ ਦੇਣਾ ਵਾਂ। ਅਤੇ ਆਪਣੇ ਖਵਾਜਾ ਸਾਹਿਬ ਦੇ ਤਹੇ ਦਿਲ ਤੋਂ ਅਸੀਂ ਮਸ਼ਕੂਰ ਹਾਂ ਜੀ, ਔਰ ਇਹਨਾਂ ਦਾ ਸ਼ੁਕਰੀਆ ਅਦਾ ਕਰਨੇ ਹਾਂ ਕਿ ਇਹਨਾਂ ਨੇ ਪੇਸ਼ਕਦਮੀ ਕੀਤੀ ਔਰ ਇਹਨਾਂ ਇਹ ਜਿਹੜਾ ਇੱਕ ਟਿਕ ਟਾਕ 'ਤੇ ਮੈਟਰ ਚੱਲਦਾ ਸੀ ਪਿਆ ਇਹਨੂੰ ਖਤਮ ਕੀਤਾ ਵੇ। ਅਤੇ ਬੜੇ ਪਿਆਰੇ ਨੇ ਸਾਡੇ ਇਹ ਸਾਥੀ ਇਹ ਖਵਾਜਾ ਸਾਹਿਬ, ਅਤੇ ਖਵਾਜਾ ਸਾਹਿਬ ਅੱਲਾਹ ਤੁਹਾਨੂੰ ਵੀ ਸਲਾਮਤੀਆਂ ਤਾ ਫਰਮਾਏ। ਮੈਨੂੰ ਇਜਾਜ਼ਤ ਦਿਓ ਜੀ, ਅਸਲਾਮੁ ਅਲੈਕੁਮ ਵਰਹਿਮਤੁਲਲਾਹ ਵਬਰਕਾਤ। ਵਾਲੇਕੁਮ ਅਸਲਾਮ, ਅੱਲਾ ਹਾਫਿਜ਼ ਜਨਾਬ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਇਹ ਜਿਹੜੇ ਮੁਫਤੀ ਮੁਬਸ਼ਰ ਸਾਹਿਬ ਨੇ, ਇਹ ਸਾਡੇ ਮੁਫਤੀ ਮੁਬਸ਼ਰ ਸਾਹਿਬ ਨੇ ਇਹ ਆਲਮੇ ਦੀਨ ਨੇ ਇੰਟਰਨੈਸ਼ਨਲ ਲੈਵਲ 'ਤੇ ਇਹ ਡਿਬੇਟਸ ਕਰਦੇ ਨੇ,